ਪੰਜਾਬ ਦੇ ਡਿਪਟੀ ਸੀਐਮ ਅਤੇ ਅੰਮ੍ਰਿਤਸਰ ਹਲਕਾ ਸੈਂਟਰਲ ਦੇ ਉਮੀਦਵਾਰ ਓਮ ਪ੍ਰਕਾਸ਼ ਸੋਨੀ ਅੱਜ ਇਸਲਾਮਾਬਾਦ ਵਿਖੇ ਪਹੁੰਚੇ ਨੇ, ਗੱਲਬਾਤ ਕਰ ਲੈਂਦੇ। ਸੁਣੋ ਸਾਹਿਬ, ਕਿਸ ਤਰ੍ਹਾਂ ਦਾ ਰਿਸਪੋਂਸ ਮਿਲਿਆ ਔਰ ਖਾਸ ਕਰਕੇ ਮਹਿਲਾਵਾਂ ਵੱਡੀ ਗਿਣਤੀ ਵਿੱਚ ਤੁਹਾਨੂੰ ਸੁਣਨ ਵਾਸਤੇ ਆ ਰਹੀਆਂ? ਵੇਖੋ, ਤੁਸੀਂ ਕੋਈ ਮੈਂ ਮੀਟਿੰਗ ਨਹੀਂ ਜਾਣਾ ਹੈ ਅਤੇ ਸਾਰੀਆਂ ਭੈਣਾਂ ਆਪਣਾ ਕੰਮ ਛੱਡ ਕੇ ਆਉਂਦੀਆਂ ਨੇ, ਸੋ ਇੱਥੋਂ ਤੁਸੀਂ ਵੇਖ ਲਓ ਵੀ ਕਿੰਨਾ ਕੁ ਪਿਆਰ ਮਿਲਦਾ। ਸੋ ਬਹੁਤ ਜ਼ਿਆਦਾ ਮੈਂ ਇਸ ਵਾਰ ਇਲੈਕਸ਼ਨ ਲੜਨ ਜਾ ਰਿਹਾ ਸ਼ਹਿਰ 'ਚ, ਹਮੇਸ਼ਾ ਹੀ ਜਿਸ ਵੇਲੇ ਇਲੈਕਸ਼ਨ ਨਵਾਂ ਲੜਨਾ ਉਹ ਤੋਂ ਪਿੱਛੇ ਦਿਨ ਵੱਧ ਵੋਟਾਂ ਦੇ ਲੋਕ ਮੈਨੂੰ ਜਿਤਾਉਂਦੇ ਨੇ। ਲੋਕ ਪਿਆਰ ਕਰਦੇ ਨੇ, ਲੋਕ ਇਸ ਕਰਕੇ ਪਿਆਰ ਕਰਦੇ ਨੇ ਕਿ ਲੋਕਾਂ ਦੇ ਤੁਸੀਂ ਦੁੱਖ ਸੁੱਖ ਦੇ ਭਾਈਵਾਰ ਰਹੋ, ਲੋਕਾਂ ਨਾਲ ਪਿਆਰ ਕਰੋ, ਲੋਕਾਂ ਦੀਆਂ ਆਸਾਂ ਉਮੀਦਾਂ ਦੇ ਖਰੇ ਉਤਰੋ। ਸੋ ਜਦੋਂ ਪਾਵਰ ਆਵੇ ਲੋਕਾਂ ਦੇ ਕੰਮਾਂ 'ਚ ਵਰਤੋ। ਸੋ ਜੇ ਮੈਨੂੰ ਇਹਨਾਂ ਦੀ ਬਦੌਲਤ ਪਾਰਟੀ ਹਾਈਕਮਾਂਡ ਨੇ ਡਿਪਟੀ ਸੀਐਮ ਬਣਾਇਆ ਤਾਂ ਮੈਂ ਸੇਵਾ ਜਿਹੜੀ ਆ ਜਿੱਥੇ ਪੰਜਾਬ ਦੀ ਕੀਤੀ ਆ ਉੱਥੇ ਮੈਂ ਸਭ ਤੋਂ ਪਹਿਲਾਂ ਆਪਣੀ ਇਸ ਕੰਸਟੀਚੁਐਂਸੀ ਦੀ ਵੀ ਕੀਤੀ ਆ। ਅੱਜ ਕੋਈ ਗਲੀ ਮਹੱਲਾ ਕਿਸੇ ਤਰ੍ਹਾਂ ਦੀ ਕਿਸੇ ਨੂੰ ਮੁਸ਼ਕਿਲ ਨਹੀਂ ਰਹਿਣ ਦਿੱਤੀ। ਸਾਰੀਆਂ ਮੁਸ਼ਕਿਲਾਂ 50 ਸਾਲਾਂ 'ਚ 100% ਇਹਨਾਂ ਦੀਆਂ ਹੱਲ ਕੀਤੀਆਂ, ਇਸ ਕਰਕੇ ਲੋਕ ਪਿਆਰ ਕਰਦੇ। ਇਸ ਵਾਰ ਮਹਿਲਾਵਾਂ, ਜਿਹੜੀ ਮਹਿਲਾਵਾਂ ਨੇ ਉਹ ਵੋਟਰਾਂ ਦੀ ਗਿਣਤੀ ਅੱਧੇ ਨਾਲੋਂ ਵੱਧ ਗਿਣਤੀ ਹੈ ਤੁਹਾਡੀ ਤੁਹਾਡੀ ਕੰਸਟੀਚੁਐਂਸੀ ਦੀ ਗੱਲ ਕੀਤੀ ਹੋਵੇ ਤਾਂ ਐਤਕੀ ਮਹਿਲਾਵਾਂ ਦੀ ਜਿਹੜੀ ਗਿਣਤੀ ਵੋਟਰਾਂ ਦੀ ਗਿਣਤੀ ਅੱਧੇ ਨਾਲੋਂ ਜ਼ਿਆਦਾ ਨੇ ਔਰ ਮਹਿਲਾਵਾਂ ਕਾਫੀ ਉਤਸ਼ਾਹ ਦਿਖਾ ਰਹੀਆਂ ਤੁਹਾਡੀ ਰੈਲੀ। ਤੁਹਾਨੂੰ ਪਹਿਲਾਂ ਕਿਹਾ ਵੀ ਜਦੋਂ ਮੈਂ ਵਿਜ਼ਨ ਕੀ ਰਹੇਗਾ? ਸਰਕਾਰ ਹੁੰਦੀ ਹੈ, ਵੇਖੋ ਸਰਕਾਰ ਕਾਂਗਰਸ ਪਾਰਟੀ ਦੀ ਬਣੀ ਹੈ। ਸੋ ਮੈਂ ਤਾਂ ਹਮੇਸ਼ਾ ਲੋਕਾਂ ਨਾਲ ਪਿਆਰ ਕਰਨਾ, ਤੁਸੀਂ ਵੇਖੋ ਅੱਗੇ ਨਾਲ ਵੱਧ ਵੋਟਾਂ ਦੇ ਇਹਨਾਂ ਮੈਨੂੰ ਜਿਤਾ ਕੇ ਭੇਜਣਾ। ਸੋ ਸਰਕਾਰ ਵੀ ਕਾਂਗਰਸ ਪਾਰਟੀ ਦੀ ਬਣੀ ਆ, ਸੋ ਸੇਵਾ ਜਿਹੜੀ ਅਸੀਂ ਕਰਨੀ ਆ ਜੀ, ਸ਼ਹਿਰ ਦੀ ਵੀ ਕਰਨੀ ਆ, ਪੰਜਾਬ ਦੀ ਵੀ ਕਰਨੀ ਆ, ਆਪਣੇ ਇਲਾਕੇ ਦੀ ਵੀ ਕਰਨੀ। ਪੰਜਾਬ ਦੀ ਜ਼ਿੰਮੇਵਾਰੀ, ਪੰਜਾਬ 'ਚ ਵੀ ਜਾ ਰਹੇ ਹੋ ਸੋਨੀ ਸਾਹਿਬ ਪ੍ਰਚਾਰ ਵਾਸਤੇ? ਹਾਂ, ਮੈਂ ਜਾ ਰਿਹਾ ਜੀ, ਜਾ ਰਿਹਾ। ਠੀਕ ਹੋ ਸੋਨੀ ਸਾਹਿਬ, ਮਹਿੰਗਾਈ ਕਿਆ ਮੁੱਦਾ ਹੈ? ਮਹਿੰਗਾਈ ਕਾਂਗਰਸ ਵਾਸਤੇ ਮੁੱਦਾ ਹੈ ਕੋਈ? ਵੇਖੋ, ਮਹਿੰਗਾਈ ਜਿਹੜੀ ਹੈ ਨਾ ਉਹ ਸੈਂਟਰ ਗੌਰਮੈਂਟ ਸਾਰੀ ਵੇਖਦੀ ਆ। ਅਸੀਂ ਤਾਂ ਸਾਰਾ ਕੁਝ ਸਸਤਾ ਕੀਤਾ, ਸੋ ਅਸੀਂ ਤਾਂ 10 ਰੁਪਈਏ ਜਿਹੜੀ ਆ ਪੈਟਰੋਲ ਦੀ ਡਿਊਟੀ ਵੀ ਘੱਟ ਕਰਤੀ ਪੰਜਾਬ ਸਰਕਾਰ ਨੇ, ਅਸੀਂ ਡੀਜ਼ਲ ਵੀ ਸਸਤਾ ਕਰਤਾ, ਅਸੀਂ ਬਿਜਲੀ ਜਿਹੜੀ ਆ ਸਾਰੇ ਹਿੰਦੁਸਤਾਨ 'ਚ ਪੰਜਾਬ 'ਚ ਸਸਤੀ ਕਰ ਦਿੱਤੀ। ਸੋ ਮੈਂ ਸਮਝਦਾ ਗੱਲਾਂ ਕਰਨੀਆਂ ਜਿਹੜੀਆਂ ਨੇ ਉਹ ਬੜੀਆਂ ਸੌਖੀਆਂ ਨੇ, ਕੰਮ ਕਰਨੇ ਬੜੇ ਔਖੇ ਨੇ। ਤੁਸੀਂ ਵੇਖੋ ਇੱਥੇ ਦਾ ਮੁਕਾਬਲਾ ਹੀ ਚਲੋ ਕਿਸੇ ਨਾਲ ਨਹੀਂ, ਆਹ ਜਿਹੜੇ ਵਾਅਦੇ ਕਰਦੇ ਨੇ, ਗਰੰਟੀਆਂ ਕਰਦੇ ਨੇ, ਇਹਨਾਂ ਨੂੰ ਵੀ ਪੁੱਛੋ ਕਿ ਗਰੰਟੀਆਂ ਨਾਲ ਕੰਮ ਨਹੀਂ ਚੱਲਦਾ। ਸਾਡੇ ਸਰਕਾਰ ਨੇ, ਕਾਂਗਰਸ ਪਾਰਟੀ ਨੇ ਤਾਂ ਕਰਕੇ ਵਿਖਾਇਆ, ਗਰੰਟੀਆਂ 'ਤੇ ਅਸੀਂ ਡਿਪੈਂਡ ਨਹੀਂ ਕਰਦੇ, ਅਸੀਂ ਕਰਕੇ ਵਿਖਾਉਂਦੇ ਹਾਂ ਜੀ ਪ੍ਰੈਕਟੀਕਲ। ਪਾਰਟੀਆਂ ਜ਼ਿਆਦਾ ਹੈਗੀਆਂ ਨਾ ਸੁਣਿਆ, ਕੋਈ ਇੰਪੈਕਟ ਪਏਗਾ, ਕੋਈ ਫਰਕ ਪੈਣਾ? ਜਿੰਨੀਆਂ ਪਾਰਟੀਆਂ ਜ਼ਿਆਦਾ ਉਹਨਾਂ ਕਾਂਗਰਸ ਪਾਰਟੀ ਨੂੰ ਬੈਨੀਫਿਟ ਮਿਲਣਾ। ਸੋ ਸਾਡਾ ਕਾਂਗਰਸ ਪਾਰਟੀ ਦਾ ਆਪਣਾ ਵੋਟ ਬੈਂਕ ਆ, ਸੋ ਸਾਨੂੰ ਫਾਇਦਾ ਜਿਹੜਾ ਜ਼ਿਆਦਾ ਕੈਂਡੀਡੇਟਾਂ ਸਾਨੂੰ ਫਾਇਦਾ ਮਿਲਣਾ। ਅਤੇ ਇਹਨੇ ਓਮ ਪ੍ਰਕਾਸ਼ ਸੋਨੀ ਜਿਹੜੇ ਕਿ ਪੰਜਾਬ ਦੇ ਡਿਪਟੀ ਸੀਐਮ ਵੀ ਨੇ ਅਤੇ ਨਾਲ ਨਾਲ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਸੈਂਟਰਲ ਤੋਂ ਉਹਨਾਂ ਨੂੰ ਟਿਕਟ ਵੀ ਦਿੱਤੀ ਹੈ ਤਾਂ ਲਗਾਤਾਰ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਨੇ। ਤਾਂ ਹੁਣ ਇਸਲਾਮਾਬਾਦ ਪਹੁੰਚੇ ਸੀਗੇ ਔਰ ਉਹਨਾਂ ਨੇ ਇਹੀ ਆਖਿਆ ਵੀ ਭਾਵੇਂ ਜਿੰਨੀਆਂ ਮਰਜ਼ੀ ਪਾਰਟੀਆਂ ਜਿਹੜੀਆਂ ਨੇ ਇਸ ਵਾਰ ਚੋਣ ਮੈਦਾਨ 'ਚ ਨੇ ਪਰ ਉਸ ਦਾ ਫਾਇਦਾ ਜਿਹੜਾ ਕਾਂਗਰਸ ਨੂੰ ਹੀ ਮਿਲੇਗਾ ਔਰ ਕਾਂਗਰਸ ਮੁੜ ਤੋਂ ਪੰਜਾਬ ਅੰਦਰ ਸਰਕਾਰ ਬਣਾਉਣ ਜਾ ਰਹੀ ਹੈ। ਕੈਮਰਾ ਪਰਸਨ ਮੁਕੇਸ਼ ਬਾਵਾਨਾ, ਸਿਕੰਦਰ ਪਸਰੀ, ਝਾਅ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਅਲੀਸ਼ਾ ਬੇਗਮ, ਨਾ ਕੋਈ ਚੁਣੌਤੀ ਨਾ ਕੋਈ ਇਨਾਮ, ਸਿਰਫ ਕੰਮ ਨੂੰ ਸਲਾਮ। ਵਸ਼ੀਕਰਨ ਕਰਵਾਉਣਾ ਹੋਵੇ ਜਾਂ ਤੁੜਵਾਉਣਾ ਹੋਵੇ, ਪਿਆਰ ਵਿੱਚ ਧੋਖਾ, ਵਿਆਹ ਲਈ ਮਾਂ ਬਾਪ ਦਾ ਨਾਮ ਮੰਨਣਾ, ਕੰਮ ਉਹੀ ਜੋ ਸਿਰ ਚੜ੍ਹ ਕੇ ਬੋਲੇ, ਇੱਧਰ ਉੱਧਰ ਨਾ ਭਟਕੋ, ਦੁਆ ਵੀ ਤਕਦੀਰ ਬਦਲ ਸਕਦੀ ਹੈ। ਸੋਚਣ ਨਾਲ ਨਹੀਂ, ਫੋਨ ਕਰਨ ਨਾਲ ਦੁੱਖ ਦੂਰ ਹੋਵੇਗਾ। ਝੂਠੇ ਅਤੇ ਮਿੱਠੇ ਬਣ ਕੇ ਲੁੱਟਣ ਵਾਲਿਆਂ ਤੋਂ ਸਾਵਧਾਨ, ਹਰ ਸਮੱਸਿਆ ਦਾ ਹੱਲ 3 ਦਿਨਾਂ ਵਿੱਚ ਕੀਤਾ ਜਾਂਦਾ। ਜੇ ਤੁਹਾਡੀ ਕਿਸਮਤ 'ਚ ਲੋਟਰੀ ਹੈ ਤਾਂ ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ? ਸੁਪਰ ਸਪੈਸ਼ਲਿਸਟ, ਪਤੀ ਅਤੇ ਪਤਨੀ ਵਿਚਕਾਰ ਦਰਾਰ, ਪ੍ਰੇਮ ਵਿਆਹ, ਨੌਕਰੀ, ਕਾਰੋਬਾਰ ਵਿੱਚ ਰੁਕਾਵਟ, ਅਦਾਲਤੀ ਕੇਸ, ਤਲਾਕ ਦਾ ਕੇਸ, ਸੌਂਕਣ, ਦੁਸ਼ਮਣ ਤੋਂ ਛੁਟਕਾਰਾ ਪਾਓ, ਲੋਟਰੀ ਸੱਟਾ ਨੰਬਰ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਬਿਮਾਰੀ 'ਚ ਦਵਾਈ ਦਾ ਨਾ ਲੱਗਣਾ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ, 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁਟਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚੰਨਬਨ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98 199 37 467।